ਫੋਲੋ ਵੀ ਕੀਤਾ ਨਹੀਂ ਯਾਰ ਵੀਡੀਓ ਵੀ ਕਹਿੰਦੇ ਹੋ ਜੀ ਮਾਸ਼ਾਅੱਲਾ ਬੜੀ ਮਿਹਰਬਾਨੀ ਯਾਰ ਸਾਡੀ ਤੋਂ ਤੇ ਇਸ ਗ੍ਰਾਂ ਚ ਯਾਰ ਕੀ ਖਾਸ ਖਾਸ ਚੀਜ਼ ਹੈ ਕੋਈ ਦੱਸ ਭਾਈ ਯਾਰ ਮਿਲ ਗਏ ਤੇ ਭਾਈ ਯਾਰ ਪੈਦਨ ਵੀ ਮੈਂ ਤੁਹਾਡੀਆਂ ਵੀਡੀਓ ਵੇਖਦਾ ਬਲਾ ਹੋਣਾ ਜੀ ਵੀਡੀਓ ਵੇਖਦੇ ਨੇ ਤੇ ਇਸ ਵਾਟੇ ਹੀ ਬਾਤ ਗ੍ਰਾਂ ਹੈ ਨਾ ਜੀ ਜੀ ਅੱਛਾ 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 ਇਹ ਬਾਅਦ ਚ ਮੈਂ ਤੁਹਾਨੂੰ ਵਿਖਾ ਰਿਹਾ ਪੋਸਟ ਆਫਿਸ ਤੇ ਹੁਣ ਇੱਕ ਤਰ੍ਹਾਂ ਸਿੱਧਾ ਡੇਰੀ ਸਿੱਧਾ ਪਿਆ ਪੈਂਦਾ ਇਸ ਸਾਈਡ ਤੇ ਜਿਹੜਾ ਰਾਹ ਪੈਂਦਾ ਉਹ ਅਰੜਦਰ ਪੈਂਦਾ ਆਡਰ ਵਾਲਾ ਪੈਂਦਾ ਹੋਰ ਕਿਤੇ ਕਿਤੇ ਪੈਂਦਾ ਜਿਹੜਾ ਪਿੱਛੇ ਰਾਹ ਵਿਖਾਇਆ काफी लोग आते जिकोने भाई होरी माशाल्लाह कोई मेहनत ना करें फलाना जमाना हूं भी तक भाई कल पुछ कर परसीना परसीना ਅੱਛਾ ਤਾਂ ਬਾਅਦ ਚੋਂ ਸਰ ਵਿਖਾਈਏ ਬਈ ਇਹ ਵੇਖੋ ਆ ਗਏ ਨੇ ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਟ ਦੁਲਮਿਆਲ ਹੋ ਇੱਥੇ ਸਕੂਲ ਸਕੂਲ ਤੋਂ ਅੱਗੇ ਜਨਾਬ ਆਵੇ ਨਾ ਗਵਰਨਮੈਂਟ ਹਾਈ ਸਕੂਲ ਹੋ ਦੁਲਮਿਆਲ ਹੋ ਤੇ ਇੰਜੇ ਅਗਾਂ ਲੱਗੇ ਵਣਾ ਅਸੀਂ ਬਾਦਸ਼ਾਹ ਇਹ ਦੁਲਮਿਆਲ ਟੋਪ ਹੈ ਜਿਹੜੀ ਸਨ 1945 ਦੇ ਵਿੱਚ ਆਈ ਆਈ ਕਈ ਵੀ ਸੁਣਦੇ ਸੀ ਨਹੀਂ ਵੀ ਕਹਿ ਆਉਂਦੀ ਆਈ ਅਤੇ ਇੱਕ ਤੋਪ ਕਿੰਝ ਆਈ ਆਈ ਲੇਕਿਨ ਉਹ ਸਭ ਤੋਂ ਪਹਿਲਾਂ ਤੁਸੀਂ ਵੇਖੋ ਇਸ ਦੇ ਨਾਲ ਹੀ ਬਿਲਕੁਲ ਇਸ ਸਾਈਡ 'ਤੇ ਬੰਨ ਬਣੀ ਹੋਈ ਹੈ ਬੜੀ ਖੂਬਸੂਰਤ ਬੰਨ ਹੈ ਨਾਲ ਹੀ ਬਾਦਸ਼ਾਹ ਕਰਾਓ ਨਾ ਸਾਹਮਣੇ ਤੋਪ ਹੈ ਤੋਪ ਦੀ ਬਿਲਕੁਲ ਬੈਕ ਸਾਈਡ ਤੇ ਗਵਰਨਮੈਂਟ ਹਾਈ ਸਕੂਲ ਪ੍ਰਾਇਮਰੀ ਕਿਹੜਾ ਸਕੂਲ ਹੈ ਜਨਾਬ ਪ੍ਰਾਇਮਰੀ ਸਕੂਲ ਹੈ ਤੇ ਇਸੇ ਦੇ ਨਾਲ ਜਨਾਬ ਹੈ ਬੜੀ ਹੀ ਖੂਬਸੂਰਤ ਬੰਨ ਹੈ ਤੇ ਵੇਖੋ ਕਿੰਨਾ ਪਿਆਰਾ ਜਿਹਾ ਨਜ਼ਾਰਾ ਬੰਨ ਬਹੁਤ ਵੱਡੀ ਬੰਨ ਹੈ ਇਹ ਬੈਕ ਸਾਈਡ ਦੇ ਕੀ ਹੈ ਇਹ ਵਾਲਾ ਇਹ ਲੱਗੀ ਹੈ ਇੱਕ ਕਬਰਿਸਤਾਨ ਪਲਾਟ ਕਿਸੇ ਦਾ ਅੱਛਾ ਅੱਛਾ ਸਹੀ ਹੈ ਗ੍ਰਾਂ ਦੁਲਮਿਆਲ ਗ੍ਰਾਂ ਦਾ ਜਿਹੜਾ ਮੇਨ ਜਿਹੜੀ ਚੀਜ਼ ਹੈ ਜਿਸ ਤੋਂ ਪਹਿਚਾਣ ਹੁੰਦੀ ਹੈ ਉਹ ਹੀ ਟੋਪ ਹੈ ਔਰ ਇਸ ਟੋਪ ਦੇ ਬਾਰੇ ਚ ਭਾਈ ਹੋਰੀ ਖਸੂਸ ਮੇਰੇ ਖਿਆਲ ਇਸ ਗ੍ਰਾਂ ਭਾਈ ਨੇ ਇਸ ਗ੍ਰਾਂ ਦੀ ਮਾਸ਼ਾਅੱਲਾ ਕੀ ਆਪਣਾ ਨਾਂ ਕੀ ਆ ਗੁੱਡ ਨੇਮ ਕੀ ਆ ਮੁਹੰਮਦ ਅਬੂ ਬਕਰ ਤੇ ਮਾਸ਼ਾਅੱਲਾ ਹੁਣ ਭਾਈ ਹੋਰੀ ਦੱਸੇ ਸਨ ਇਸ ਦੇ ਬਾਰੇ ਚ ਕਿਉਂਕਿ ਮੈਂ ਤਾਂ ਜਾਣਦਾ ਨਾ ਔਰ ਸਾਡੇ ਚੋਂ ਵੀ ਕਾਫੀ ਲੋਕ ਨਹੀਂ ਜਾਣਦੇ ਹੋਣੇ ਤਾਂ ਭਾਈ ਹੋਰਾਂ ਕੋਲ ਇਨਫੋਰਮੇਸ਼ਨ ਲੈਣੇ ਆ ਬਈ ਇਹ ਤੋਪ ਕਿੰਝ ਆਈ ਹੈ ਇੱਥੇ ਕਿੰਨਾ ਟਾਈਮ ਪਹਿਲਾਂ ਆਈ ਹੈ ਕਹਿ ਆਉਂਦੀ ਹੈ ਔਰ ਇਸ ਤੋਪ ਦੀ ਵਜ੍ਹਾ ਤੋਂ ਇਸ ਗ੍ਰਾਂ ਦੀ ਪਹਿਚਾਣ ਕਿਉਂ ਹੁੰਦੀ ਹੈ ਚਲੋ ਪਤਾ ਕਰਨੇ ਜੀ ਅਬੂ ਬਕਰ ਭਾਈ ਕੀ ਆਦੇ ਤੇ ਇਹ ਦਰਮਿਆਨ ਜੀ ਸਾਡਾ ਗ੍ਰਾਂ ਹੈ ਕਹੂਨ ਵੈਲੀ ਦੇ ਅੰਦਰ ਬੇਸ਼ੱਕ ਔਰ ਇਸ ਗ੍ਰਾਂ ਦੀ ਜਿਹੜੀ ਨਮਾਇਆ ਜਿਹੜਾ ਇਹ ਮਕਾਮ ਰੱਖਦਾ ਉਸਦੀ ਵਜ੍ਹਾ ਇਹ ਹੈ ਕਿ ਜਿਹੜੀ ਤੁਸੀਂ ਮੈਨੂੰ ਪਿੱਛੇ ਤੋਪ ਵੇਖ ਰਹੇ ਹੋ ਇਹ ਹੈ ਬੇਸ਼ੱਕ ਇਹ ਫਸਟ ਗ੍ਰੇਟ ਵਰਲਡ ਵਾਰ ਜਿਹੜੀ ਹੋਈ ਹੈ ਜੀ ਜੀ ਜਿਹੜੀ ਫਸਟ ਵਰਲਡ ਵਾਰ ਹੋਈ ਹੈ ਉਸ ਦੇ ਅੰਦਰ ਸਾਡੇ ਗ੍ਰਾਂ ਤੋਂ ਤਕਰੀਬਨ 450 ਸੋਲਜਰ ਜਿਹੜੇ ਨੇ ਉਹਨਾਂ ਪਾਰਟੀਸਪੇਟ ਕੀਤਾ ਔਰ ਫਸਟ ਵਰਲਡ ਵਾਰ ਵਿੱਚ ਉਹਨਾਂ ਹਿੱਸਾ ਲਿਆ ਮਾਸ਼ਾਅੱਲਾ ਅਲਾਇਸ ਜਿਹੜੇ ਅਲਾਇਸ ਜਿਹੜੇ ਇੱਕ ਤਰਫ ਹੈ ਤੇ ਦੂਜੀ ਤਰਫ ਹੈ ਸੈਂਟਰ ਪਾਵਰਸ ਆਈਆਂ ਜੀ ਜੀ ਮਾਸ਼ਾਅੱਲਾ ਉਹਨਾਂ ਅਲਾਇਸ ਪਾਵਰਸ ਨਾਲ ਰਲ ਕੇ ਜਿਹੜਾ ਨਾ ਉਹ ਫਸਟ ਵਰਲਡ ਵਾਰ ਲੜੇ ਔਰ ਜਿਹੜੀ ਉਹਨਾਂ ਸਰਵਿਸਿਜ਼ ਦਿੱਤੀਆਂ ਜੀ ਜੀ ਉਸ ਦੀ ਮਤਲਬ ਕਿ ਬਦਲੇ ਫਿਰ ਉਹਨਾਂ ਇਨਾਮ ਦੀ ਸੂਰਤ ਵਿੱਚ ਬੁਲਾਇਆ ਗਿਆ ਜੀ ਜੀ ਔਰ ਜਿਹੜੇ ਸਾਡੇ ਸੋਲਜਰਸ ਆਏ ਉਹਨਾਂ ਕੋਲ ਜਿਹੜਾ ਪੁੱਛਿਆ ਤਾਂ ਉਹਨਾਂ ਆਖਿਆ ਵੀ ਅਸਾਂ ਇੱਕ ਇੱਕ ਐਸਾ ਸਿੰਬਲ ਹੋਵੇ ਜਿਹੜੀ ਅਸੀਂ ਆਉਣ ਵਾਲੀ ਜਿਹੜੀ ਸਾਡੀ ਨਸਲਾਂ ਨੂੰ ਉਹਨਾਂ ਤੱਕ ਅਸੀਂ ਟ੍ਰਾਂਸਫਰ ਕਰ ਸਕਦੇ ਮਾਸ਼ਾਅੱਲਾ ਮਾਸ਼ਾਅੱਲਾ ਤੇ ਦਲਵਾਲ ਗ੍ਰਾਂ ਦੇ ਮੁਤਲਕ ਆਉਂਦਾ ਵੀ ਉਹਨਾਂ ਕੋਲ ਜਿਹੜਾ ਉਹਨਾਂ ਪੁੱਛਿਆ ਤਾਂ ਉਹਨਾਂ ਆਖਿਆ ਵੀ ਅਸਾਂ ਤੁਸੀਂ ਫਾਈਨੈਂਸ਼ੀਅਲ ਹੈਲਪ ਕਰ ਦਿਓ ਮਾਸ਼ਾਅੱਲਾ ਲੇਕਿਨ ਜਿਹੜੀ ਸਾਡੀ ਗ੍ਰਾਂ ਵਾਲੇ ਇਹਨਾਂ ਉਹਨਾਂ ਆਖਿਆ ਜੀ ਅਸਾਂ ਇਹ ਤੋਪ ਚਾਹੀਦੀ ਤੇ ਫਿਰ ਇਨ 1925 ਜਿਹੜੀ ਇਹ ਤੋਪ ਹੈ ਜਿਹੜੀ ਤੁਹਾਡੀ ਮੈਂ ਪਿੱਛੇ ਤੋਂ ਸਾਲ 1950 ਦੇ ਵਿੱਚ ਜੀ ਜੀ ਇਸਾਂ ਆਂਦਾ ਗਿਆ ਜੀ ਜੀ ਔਰ ਇੱਥੇ ਦੁਰਮਿਆਲੇ ਨਸਬ ਹੋਈ ਹੈ ਮਾਸ਼ਾਅੱਲਾ ਬਾਕੀ ਇਹ ਹੈ ਕਿ ਇਸ ਦੇ ਅਗਰ ਨੁਮਾਇਆ ਖਸੂਸੀਅਤ ਦੀ ਗੱਲ ਨੁਮਾਇਆ ਮਤਲਬ ਇਸ ਜਿਹੜੇ ਇੱਕ ਪੋਜੀਸ਼ਨ ਰੱਖਦੀ ਹੈ ਉਸ ਦੀ ਵਜ੍ਹਾ ਇਹ ਹੈ ਕਿ ਦੁਨੀਆ ਸਿਰਫ ਦੋ ਵਿਲੇਜਸ ਹਨ ਜਿਨ੍ਹਾਂ ਤੋਂ ਮਿਲੀ ਹੈ ਇੱਕ ਦੁਰਮਿਆਲ ਹੈ ਸਿਰਫ ਦੋ ਜੀ ਸਿਰਫ ਦੋ ਅੱਛਾ ਅੱਛਾ ਇੱਕ ਦੁਰਮਿਆਲ ਹੈ ਸਾਡਾ ਚਕਵਾਲ ਜੀ ਜੀ ਔਰ ਦੂਆ ਜਿਹੜਾ ਉਹ
ਯੂਰਪ ਦਾ ਕੋਈ ਵਿਲੇਜ ਹੈ ਉਸਾਂ ਇਹ ਦਿੱਤੀ ਗਈ ਹੈ ਬਾਈ ਦਾ ਬ੍ਰਿਟਿਸ਼ਰਸ ਅੱਛਾ 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 ਇਹ ਫਿਰ ਉਸ ਵਜ੍ਹਾ ਤੋਂ ਜਿਤਨੇ ਵੀ ਮਤਲਬ ਕਿ ਸਾਡੇ ਗ੍ਰਾਂਡ ਦੁਰਮਿਆਲ ਚਕਵਾਲ ਦੇ ਅੰਦਰ ਉਸਦੇ ਅੰਦਰ ਦੁਰਮਿਆਲ ਜਿਹੜਾ ਇੱਕ ਨੁਮਾਇਆ ਪੋਜੀਸ਼ਨ ਰੱਖਦਾ ਉਸਦੀ ਵਜ੍ਹਾ ਜਿਹੜੀ ਹੈ ਉਹ ਇੱਕ ਦੁਰਮਿਆਲ ਹੈ ਔਰ ਇਸਦੀ ਸਰਵਿਸਿਜ਼ ਜਿਹੜੀਆਂ ਸਾਡੇ ਸੋਲਜਰਸ ਵਰਲਡ ਵਾਰ 1 ਨੇ ਜਿਹੜੀਆਂ ਦਿੱਤੀਆਂ ਬਾਕੀ ਉਸ ਤੋਂ ਇਲਾਵਾ ਸਾਡੇ ਗ੍ਰਾਵਾਂ 'ਚ ਤਕਰੀਬਨ ਬੇਬਹਾ ਆਰਮੀ ਆਫੀਸਰ ਵੀ ਸਾਡੇ ਗ੍ਰਾਂ ਪੈਦਾ ਕੀਤੇ ਨੇ ਜਿਨ੍ਹਾਂ 'ਚ 5 ਲੈਫਟੀਨੈਂਟ ਜਨਰਲਸ ਪੈਦਾ ਕੀਤੇ ਨੇ ਮਾਸ਼ਾਅੱਲਾ 2-3 ਸਿਵਲ ਸਰਵੈਂਟਸ ਹੁਣ ਜਿਹੜੇ ਸਾਡੇ ਦੁਰਮਿਆਲ ਦੇ ਨੇ ਮਾਸ਼ਾਅੱਲਾ ਬਿਊਰੋਕਰੇਸੀ 'ਚ ਵੀ ਸਾਡੇ ਮਤਲਬ ਕਿ ਰਹੇ ਮਾਸ਼ਾਅੱਲਾ ਔਰ ਜਿਨ੍ਹਾਂ ਸਭ ਤੋਂ ਨੁਮਾਇਆ